ਲਿਬਰਟੀ ਖਬਰ ਹੋਰ ਆ ਰਹੀ ਹੈ ਹੈਬੀਅਸ ਕਾਰਪਸ ਪਟੀਸ਼ਨ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਦਾ ਕੁੰਡਾ ਖੜਕਾਇਆ ਗਿਆ ਸੀ। ਇਸ ਪਟੀਸ਼ਨ ਤੇ ਸੁਣਵਾਈ ਹੋਈ ਹੈ। ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਲੈ ਕੇ ਹੈਬੀਅਸ ਕਾਰਪਸ ਪਟੀਸ਼ਨ ਦਾਖਲ ਕੀਤੀ ਗਈ ਸੀ। ਪਟੀਸ਼ਨ ਤੋਂ ਕੀ ਭਾਵ ਹੈ? ਪਟੀਸ਼ਨ ਤੋਂ ਭਾਵ ਹੈ ਨਜਾਇਜ਼ ਤੌਰ ਤੇ ਡਿਟੇਨ ਕਰਕੇ ਰੱਖਣਾ। ਪਰ ਵੱਡੀ ਗਿਣਤੀ ਵਿੱਚ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਨੂੰ ਅਰੈਸਟ ਕੀਤਾ ਗਿਆ। ਪੰਜਾਬ ਦੀ ਪੁਲਿਸ, ਪੰਜਾਬ ਦੀ ਸਰਕਾਰ ਇਹਨਾਂ ਕਾਰਕੁਨਾਂ ਨੂੰ ਅਸਾਮ ਡਿਬਰੂਗੜ੍ਹ ਜਹਾਜ਼ ਰਾਹੀਂ ਭੇਜ ਕੇ ਆ ਰਹੀ ਹੈ। ਸਿਕਿਉਰਿਟੀ ਥ੍ਰੈਟ ਸੀ ਕਿ ਬਹੁਤ ਵੱਡਾ ਸੁਰੱਖਿਆ ਨੂੰ ਸੰਨ ਲੱਗ ਸਕਦੀ ਸੀ ਜੇ ਪੰਜਾਬ ਦੇ ਵਿੱਚ ਰੱਖਿਆ ਜਾਂਦਾ। ਇਸ ਤਰ੍ਹਾਂ ਦੇ ਕਾਰਨ ਸੀ ਕਿ ਅਜਨਾਲਾ ਕਾਂਡ ਵਰਗੀ ਘਟਨਾ ਪੰਜਾਬ ਦੀਆਂ ਜੇਲ੍ਹਾਂ 'ਚ ਵੀ ਵਾਪਰ ਸਕਦੀ ਸੀ ਜੇ ਇੱਥੇ ਰੱਖਿਆ ਜਾਂਦਾ। ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਲੈ ਕੇ ਹੈਬੀਅਸ ਕਾਰਪਸ ਪਟੀਸ਼ਨ 'ਤੇ ਕੀ ਕੁਛ ਹੋਇਆ ਹੈ, ਸਭ ਤੋਂ ਵੱਡੀ ਜਾਣਕਾਰੀ ਹੋਈ ਹੈ। ਅਨਮੋਲ ਗੁਲਾਟੀ ਇਸ 'ਤੇ ਜਾਣਕਾਰੀ ਦੀ ਸਾਂਝ ਪਾਉਂਦੇ। ਅਨਮੋਲ, ਕੀ ਅਪਡੇਟ ਇਸ ਖਬਰ 'ਤੇ? ਦੇਖੋ, ਕਿਉਂਕਿ ਸਾਫ਼ ਤੌਰ 'ਤੇ ਇਸ ਮਾਮਲੇ 'ਤੇ ਪਹਿਲਾਂ ਜਿਹੜਾ ਕੀ ਹੈ ਪੰਜਾਬ ਸਰਕਾਰ ਕੋਲੋਂ ਜਵਾਬ ਜਿਹੜਾ ਕੀ ਹੈ ਇੱਕ ਮੰਗਿਆ ਗਿਆ ਸੀਗਾ ਤੇ ਹਾਈਕੋਰਟ ਵੱਲੋਂ ਜਵਾਬ ਜਿਹੜਾ ਕੀ ਹੈ ਖਾਸ ਤੌਰ 'ਤੇ ਮੰਗਿਆ ਗਿਆ ਸੀਗਾ ਐੱਨ ਐੱਸ ਏ ਦੇ ਮਾਮਲੇ ਨੂੰ ਲੈ ਕੇ। ਤੇ ਇਸ ਮਾਮਲੇ ਨੂੰ ਲੈ ਕੇ ਜਿਹੜਾ ਕੀ ਹੈ ਪੰਜਾਬ ਸਰਕਾਰ ਵੱਲੋਂ ਜਵਾਬ ਦਾਖਲ ਕਰਨਾ ਸੀਗਾ। ਉਸ ਦੇ ਵਿੱਚ ਕਿਹਾ ਗਿਆ ਪੰਜਾਬ ਸਰਕਾਰ ਵੱਲੋਂ ਕਿ ਜਿਹੜਾ ਇਸ ਮਾਮਲੇ 'ਚ ਅੰਮ੍ਰਿਤਪਾਲ ਦੇ ਸਾਥੀਆਂ ਵੱਲੋਂ ਲਾਈ ਗਈ ਉਹ ਤਮਾਮ ਜਿਹੜੇ ਕੀ ਸੀਗੇ ਉਹ ਸਹਿਯੋਗੀ ਸੀਗੇ, ਤਮਾਮ ਜਿਹੜੇ ਪਲੈਨ ਸੀਗੇ ਉਹਦੇ ਵਿੱਚ ਅੰਮ੍ਰਿਤਪਾਲ ਦੇ ਨਾਲ ਸ਼ਾਮਿਲ ਸੀਗੇ। ਅੰਮ੍ਰਿਤਪਾਲ ਖਾਲਿਸਤਾਨ ਦੀ ਮੰਗ ਜਿਹੜੇ ਕਰਦਾ ਸੀਗਾ ਉਹਦੇ ਨਾਲ ਉਸ ਮੰਗ ਦੇ ਵਿੱਚ ਵੀ ਇਹ ਤਮਾਮ ਲੋਕ ਸ਼ਾਮਿਲ ਸੀਗੇ, ਜਿਸਦੇ ਕਰਕੇ ਇਹਨਾਂ 'ਤੇ ਐੱਨ ਐੱਸ ਏ ਲਾਈ ਗਈ ਹੈ। ਦੇਖੋ, ਕਿਸੇ ਨੂੰ ਨਹੀਂ ਯਾਦ ਹੈਗਾ ਪਿਛਲੀ ਵਾਰੀ ਵੀ ਇਸ ਮਾਮਲੇ ਦੇ ਉੱਪਰ ਜਿਹੜੀ ਕਿ ਝਾੜ ਪਈ ਸੀਗੀ ਅੰਮ੍ਰਿਤਪਾਲ ਦੇ ਵਕੀਲ ਨੂੰ, ਤੇ ਉਸ ਤੋਂ ਬਾਅਦ ਹੁਣ ਦੀ ਗੱਲ ਕੀਤੀ ਜਾਵੇ ਤਾਂ ਇਹ ਕਿਹਾ ਗਿਆ ਸੀਗਾ ਕਿ ਐੱਨ ਐੱਸ ਏ ਕਿਸ ਮਾਮਲੇ 'ਤੇ ਲਾਈ ਗਈ ਹੈ ਉਸਦਾ ਜਵਾਬ ਦਿੱਤਾ ਜਾਵੇ। ਉਸਦੇ ਜਵਾਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਆਪਣਾ ਐਫੀਡੈਵਿਟ ਜਿਹੜੀ ਕਿ ਦਾਇਰ ਕਰ ਦਿੱਤਾ ਗਿਆ ਤੇ ਅੰਮ੍ਰਿਤਪਾਲ ਦੇ ਮਾਮਲੇ 'ਤੇ ਜਿਹੜੀ ਕਿ ਕੱਲ੍ਹ ਸੁਣਵਾਈ ਹੋਏਗੀ, ਅਗਲੀ ਸੁਣਵਾਈ ਜਿਹੜੀ ਕਿ ਹੈ ਇਸ ਮਾਮਲੇ 'ਤੇ 24 ਅਪ੍ਰੈਲ ਨੂੰ ਕੀਤੀ ਜਾਊਗੀ। ਸ਼ੁਕਰੀਆ ਅਨਮੋਲ ਸਾਡੇ ਨਾਲ ਜੁੜਨ ਵਾਸਤੇ। ਦਾ ਨੈਸ਼ਨਲ ਸਿਕਿਉਰਿਟੀ ਐਕਟ ਤਹਿਤ ਇਹਨਾਂ ਨੂੰ ਰਿਟੇਨ ਕੀਤਾ ਗਿਆ ਹੈ। ਦਰਅਸਲ ਦਾ ਨੈਸ਼ਨਲ ਸਿਕਿਉਰਿਟੀ ਐਕਟ 1980 'ਚ ਇੰਟਰੋਡਿਊਸ ਕੀਤਾ ਗਿਆ। ਕਾਫੀ ਸਾਲਾਂ ਬਾਅਦ ਪੰਜਾਬ ਦੇ ਵਿੱਚ ਐੱਨ ਐੱਸ ਏ ਲਗਾਉਣ ਦਾ ਕੰਮ ਹੋਇਆ ਹੈ। ਹਾਲਾਂਕਿ ਵੱਡਾ ਐਕਟ ਇਸ ਨੂੰ ਮੰਨਿਆ ਜਾਂਦਾ ਹੈ, ਪਰ ਕੀ ਕੁਛ ਗਰਾਊਂਡ ਪੰਜਾਬ ਦੀ ਪੁਲਿਸ ਨੇ ਤੈਅ ਕੀਤੇ ਹੈ, ਸਵਾਲ ਉਹੀ ਵੱਡਾ ਬਰਕਰਾਰ ਹੈ ਕਿ ਆਖਿਰਕਾਰ ਕਿਸ ਗਰਾਊਂਡ ਦੇ ਤੌਰ 'ਤੇ ਐੱਨ ਐੱਸ ਏ ਲੱਗਿਆ। ਪਰ ਐੱਨ ਐੱਸ ਏ ਤੋਂ ਬਾਅਦ ਡਿਬਰੂਗੜ੍ਹ ਸ਼ਿਫਟ ਕੀਤਾ ਗਿਆ। ਸੈਂਟਰਲ ਜਾਂਚ ਏਜੰਸੀਆਂ, ਪੰਜਾਬ ਦੀ ਪੁਲਿਸ ਉੱਥੇ ਤਫਤੀਸ਼ ਦਾ ਦਾਇਰਾ ਵਧਾਉਣ ਜਾ ਰਹੀ ਹੈ। ਹੈਬੀਅਸ ਕਾਰਪਸ ਪਟੀਸ਼ਨ 'ਤੇ ਪੱਖ ਨੇ, ਪ੍ਰੋਸੀਕਿਊਸ਼ਨ ਪੱਖ ਨੇ ਇਹ ਤਰਕ ਰੱਖਿਆ ਗਿਆ ਕਿ ਆਖਿਰਕਾਰ ਕਿਸ ਗਰਾਊਂਡ ਦੇ ਆਧਾਰ 'ਤੇ ਦਾ ਨੈਸ਼ਨਲ ਸਿਕਿਉਰਿਟੀ ਐਕਟ ਜਿਹੜਾ ਉਹ ਇੰਟਰੋਡਿਊਸ ਇਹਨਾਂ 'ਤੇ ਕਰਵਾਇਆ ਗਿਆ। ਪਰ ਪੰਜਾਬ ਦੀ ਪੁਲਿਸ IG ਰੈਂਕ ਦੇ ਇੰਸਪੈਕਟਰ ਜਨਰਲ ਲੈਵਲ ਦੇ ਅਫਸਰਾਂ ਨੇ ਐਫੀਡੈਵਿਟ ਜਿਹੜਾ ਫਾਈਲ ਕੀਤਾ ਸੀ, ਦੂਜਾ ਐਫੀਡੈਵਿਟ ਅੰਮ੍ਰਿਤਪਾਲ ਸਿੰਘ ਦੇ ਵਕੀਲ ਨੇ ਕੀਤਾ ਸੀ। ਉਸ ਤੋਂ ਬਾਅਦ ਹੁਣ ਅਗਲੀ ਸੁਣਵਾਈ ਜਲਦ ਹੋਈ।